बनो मेरा बनो इधर बनो उधर बनो सब उधर बनो का मिर्ची मुर्गा मिर्ची मुर्गा हेलो हेलो मोंटी पुत्र सासरी काल इंद्रजीत अंकल बोलन दे आसा सासरी काल अंकल जी और पुत्र किधर ठीक ठाक जे हाँ जी बढ़िया अंकल तुसी सुनाओ मैं चढ़दी कला च भापा जी किथे ने अंकल जी ओदा सानू 2019 विच छड़ के चले गए सी अच्छा अच्छा किथे अंकल ओदा सानू दुनिया ते छड़ के चल गए सी ओहो बड़ा माड़ा होया पुत्र जी ए ते तुहाडे भापा जी बड़े चंगे इंसान सी पर कमाल दी गल जे जांदे होए दस के कौन नहीं गए अंकल जी शिमले छोड़ न गए जेड़ा ते सानू दस के जान गए कि पिछे ध्यान रखियो ओ ते सही गल कर छोड़ी जे पर साडा ता घाटा करा छोड़िया ना ਕਿਹੜਾ ਘਾਟਾ ਜੀ ਅੱਛਾ ਤੂੰ ਦੱਸ ਬਰਜਾਈ ਜੀ ਦੀ ਤਬੀਅਤ ਕਿੱਦਾਂ ਰਹਿੰਦੀ ਹੈ ਅੰਕਲ ਜੀ ਉਹ ਤਾਂ ਪਾਪਾ ਜੀ ਤੇ ਵੀ ਪਹਿਲਾਂ ਸਾਨੂੰ 2014 ਵਿੱਚ ਛੱਡ ਕੇ ਚਲ ਗਏ ਸੀ ਦੱਸ ਅਸਾਂ ਦੀ ਨੌਲੇਜ ਵਿੱਚ ਕੋਈ ਇਹ ਗੱਲ ਸਾਡਾ ਤਾਂ ਡਬਲ ਘਾਟਾ ਹੋ ਗਿਆ ਜੀ ਹਾਂਜੀ ਅੰਕਲ ਜੀ ਉਹ ਤੇ ਹੁਣ ਮਾਪਿਆਂ ਦਾ ਘਾਟਾ ਕਿੱਥੇ ਪੂਰਾ ਹੋ ਸਕਦਾ ਜੀ ਪੁੱਤਰ ਜੀ ਤੁਹਾਡਾ ਤਾਂ ਹੋ ਜਾਏਗਾ ਪਰ ਸਾਡਾ ਘਾਟਾ ਕੋਈ ਨਹੀਂ ਪੂਰਾ ਹੋਣਾ ਅੰਕਲ ਮੈਂ ਸਮਝਿਆ ਨਹੀਂ ਤੁਸੀਂ ਕਹਿਣਾ ਕਿ ਚਾਹੁੰਦੇ ਅਸਾਂ ਤਾਂ ਦਰਅਸਲ ਬਾਲਣ ਦਾ ਕੰਮ ਜੇ ਅੱਛਾ ਮੈਂ ਤਾਂ ਕਾਲ ਕਰ ਛੱਡੀ ਸੀ ਆਪਣਿਆਂ ਨੂੰ ਡਿਸਕਾਊਂਟ ਵਿੱਚ ਬਾਲਣ ਦਵਾਂ ਚਲੋ ਉਹਦਾ ਕਿਧਰੋਂ ਲਿਆ ਸੀ ਬਾਲਣ ਬਾਬਾ ਜੀ ਦੇ ਭਰਜਾਈ ਲਈ ਅੰਕਲ ਹੁਣ ਇਹ ਥੋੜਾ ਨਹੀਂ ਯਾਦ ਹੈ ਕਿੱਥੋਂ ਲਿਆ ਸੀਗਾ ਉਹ ਤਾਂ ਕੁਝ ਤਾਂ ਯਾਦ ਹੋਏਗਾ ਨਹੀਂ ਅੰਕਲ ਉਹ ਸ਼ਮਸ਼ਾਨ ਘਾਟ ਵਾਲੇ ਨੂੰ ਕਹਿ ਦਿੱਤਾ ਸੀਗਾ ਉਹਨੇ ਸਾਰਾ ਅਰੇਂਜਮੈਂਟ ਸ਼ਮਸ਼ਾਨ ਘਾਟ ਵਾਲਿਆਂ ਨੂੰ ਕਹਿ ਛੋੜਿਆ ਸੀ ਮਤਲਬ ਬਾਲਣ ਖੁਰਾਨਾ ਨੇ ਭੇਜਿਆ ਹੋਣਾ ਪਤਾ ਨਹੀਂ ਜੀ ਇਹਦਾ ਪੁੱਤਰ ਇੰਨੀ ਅਣਗਹਿਲੀ ਕਿੱਦਾਂ ਕਰ ਸਕਦੇ ਜੇ ਨਹੀਂ ਮੈਂ ਸਮਝ ਨਹੀਂ ਰਿਹਾ ਅੰਕਲ ਤੁਸੀਂ ਕਹਿ ਕੀ ਰਹੇ ਮਤਲਬ ਖੁਰਾਨੇ ਦਾ ਬਾਲਣ ਤਾਂ ਹੁੰਦਾ ਹੀ ਬੜਾ ਘਟੀਆ ਗੁਣ ਵਾਲੀ ਲੱਕੜ ਭੇਜਦਾ ਹੈ ਉਹਦਾ ਅੰਕਲ ਘੁਣ ਵਾਲੀਆਂ ਲੱਕੜਾਂ ਤੇ ਅਸੀਂ ਵੀ ਤਾਂ ਸੰਸਕਾਰ ਹੀ ਕਰਨਾ ਸੀਗਾ ਅਸੀਂ ਕਿਹੜਾ ਉਹ ਲੱਕੜਾਂ ਦੇ ਨਾਲ ਝਗਾਠਾ ਪਾਣੀਆਂ ਹੱਦ ਹੈ ਪੁੱਤਰ ਜੀ ਲਾਪਰਵਾਹੀ ਦੀ ਆਟੇ ਨਾਲ ਗੁਣ ਮਿਲਦਾ ਹੈ ਤੁਸੀਂ ਗੁਣ ਨਾਲ ਬਾਪੂ ਯਾਰ ਕੌਣ ਬੋਲਣ ਦਾ ਤੂੰ ਤੁਹਾਡੀ ਜਾਣ ਪਛਾਣ ਦਾ ਹੈਗਾ ਨਹੀਂ ਆ ਤੂੰ ਜਿਹੋ ਜਿਹੀਆਂ ਗੱਲਾਂ ਕਰਨੇ ਪਹਿਲਾਂ ਤੂੰ ਮੈਨੂੰ ਦੱਸ ਤੂੰ ਹੈਗਾ ਕੌਣ ਹੈ ਤੇਰਾ ਡਾੜੀ ਮੇਰੇ ਬੜੇ ਚੰਗੇ ਦੋਸਤ ਸੀ ਮੇਰੀ ਗੱਲ ਸੁਣ ਉਹਨਾਂ ਨੇ ਕਹਿ ਛੋੜਿਆ ਸੀ ਕਿ ਮੇਰੇ ਪੁੱਤਰ ਨੂੰ ਸਟੈਂਡ ਕਰਨਾ ਹੈ ਮੇਰਾ ਤਾਂ ਬਾਲਣ ਦਾ ਕੰਮ ਜੇ ਤੂੰ ਮੇਰਾ ਪਾਰਟਨਰ ਬਣ ਜਾ ਮਨੀਸ਼ ਬੋਲਣ ਦਿਆ ਨਾ ਤੂੰ ਮੇਰੇ ਕੋਲ ਆ ਮੈਂ ਤੈਨੂੰ ਇੱਥੇ ਹੁਣੇ ਚੰਦਨ ਦੀਆਂ ਲੱਕੜਾਂ ਨਾਲ ਸਾੜਨਾ ਸਾਲਿਆ ਮੈਂ ਦੀਪਕ ਬੋਲ ਰਿਹਾ ਰੇਡੀਓ ਮਿਰਚੀ ਤੋਂ ਮੇਰੀ ਗੱਲ ਸੁਣੋ ਧਿਆਨ ਨਾਲ ਕੀ ਭਾਜੀ ਚੰਗਾ ਲੱਗਦਾ ਇਦਾਂ ਤੁਸੀਂ ਮੇਰੇ ਪਾਪਾ ਜੀ ਬਾਰੇ ਇਦਾਂ ਦੀਆਂ ਗੱਲਾਂ ਕਰੀ ਜਾਣਦੇ ਮੇਰੀ ਗੱਲ ਸੁਣੋ ਜਦੋਂ ਤੁਸੀਂ ਇਦਾਂ ਦੀਆਂ ਹਰਕਤਾਂ ਕਰਦੇ ਹੋ ਉਦੋਂ ਚੰਗਾ ਲੱਗਦਾ ਨਹੀਂ ਇਹੋ ਜਿਹਾ ਕਿਹੜਾ ਕੰਮ ਕਰਤਾ ਜੀ ਮੈਨੂੰ ਤੇਰਾ ਨੰਬਰ ਤਰਸੇਮ ਨੇ ਦਿੱਤਾ ਸੀਗਾ ਅੱਛਾ ਤਰਸੇਮ ਨੇ ਤੁਸੀਂ ਉਹਨਾਂ ਨੂੰ ਕੀ ਕਹਿ ਰਹੇ ਹੋ ਕਿ ਯਾਰ ਸਕੀਮ ਲੈ ਲਓ ਪਾਪਾ ਜੀ ਪੂਰੇ ਹੋਣ ਵਾਲੇ ਹੈਲਥ ਸਕੀਮ ਲੈ ਲਓ ਰੱਬ ਨਾ ਕਰੇ ਤੁਹਾਨੂੰ ਕੁਛ ਹੋ ਜਾਵੇ ਤੁਹਾਡੇ ਪਿੱਛੇ ਭਾਬੀ ਨੂੰ ਕੌਣ ਦੇਖੇਗਾ ਛੋਟੇ ਛੋਟੇ ਬੱਚਿਆਂ ਦੀ ਇੰਸ਼ੋਰੈਂਸ ਕਰਾ ਲਓ ਜਦੋਂ ਇੰਸ਼ੋਰੈਂਸ ਕਰਨ ਲਈ ਤੁਸੀਂ ਲੋਕਾਂ ਨੂੰ ਐਸੇ ਸ਼ਬਦ ਯੂਜ਼ ਕਰਦੇ ਹੋ ਮੇਰੀ ਗੱਲ ਤਾਂ ਸੁਣੋ ਉਦੋਂ ਵੀ ਤਾਂ ਤੁਸੀਂ ਬਿਜ਼ਨਸ ਕਰ ਰਹੇ ਹੋ ਤੁਹਾਨੂੰ ਗੱਲ ਹੀ ਨਹੀਂ ਪਤਾ ਕੋਈ ਕਿਸੇ ਪਿਓ ਦੇ ਮੋਰੇ ਕਹਿ ਰਹੇ ਹੋ ਕਿ ਤੁਹਾਡੇ ਬੱਚੇ ਨੂੰ ਕੁਛ ਹੋ ਜਾਵੇ ਭਾਜੀ ਉਹ ਕੰਮ ਹੈ ਸਾਡਾ ਜਾਂ ਕਿਸੇ ਜਨਾਨੀ ਨੂੰ ਕਹਿ ਰਹੇ ਹੋ ਰੱਬ ਨਾ ਕਰੇ ਤੁਹਾਡਾ ਪਤੀ ਮਰ ਜਾਵੇ ਇੰਸ਼ੋਰੈਂਸ ਜ਼ਰੂਰੀ ਹੁੰਦੀ ਹੈ ਕਿ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਇੰਸ਼ੋਰੈਂਸ ਜ਼ਰੂਰੀ ਹੈ ਕਿ ਨਹੀਂ ਹੈ ਮੈਂ ਇਹ ਕਹਿ ਰਿਹਾ ਕਿ ਤੁਹਾਨੂੰ ਦਿਮਾਗ 'ਚ ਪਾਇਆ ਹੋਇਆ ਹਰ ਇੰਸ਼ੋਰੈਂਸ ਵਾਲੇ ਬੰਦੇ ਨੂੰ ਮਿਲੋ ਉਹ ਇਹੀ ਗੱਲ ਕਹੇਗਾ ਰੱਬ ਨਾ ਕਰੇ ਤੁਹਾਨੂੰ ਕੁਛ ਹੋ ਜੇ ਤੁਹਾਡੇ ਬੱਚਿਆਂ ਨੂੰ ਕੌਣ ਦੇਖੇਗਾ ਤੁਹਾਡੀ ਵਾਈਫ ਨੂੰ ਕੌਣ ਦੇਖੇਗਾ ਸੋ ਇਹ ਕਹਿਣ ਦਾ ਤਰੀਕਾ ਤੁਹਾਡਾ ਗਲਤ ਹੁੰਦਾ ਜੋ ਇਹ ਸਭ ਕੁਝ ਕੀਤਾ ਮੈਂ ਏਸੀ ਕਰਕੇ ਕੀਤਾ ਸ਼ਾਇਦ ਤੁਹਾਨੂੰ ਸਮਝ ਆ ਜੀ ਹੁਣ ਲੋਕਾਂ ਨੂੰ ਸਮਝ ਨਹੀਂ ਲੱਗਦੀ ਸਾਲਿਆਂ ਨੂੰ ਹੁਣ ਆ ਸਾਡਾ ਕੰਮ ਆ ਸਾਨੂੰ ਇਦਾਂ ਹੀ ਕਰਨਾ ਪੈਂਦਾ ਆ ਫਿਰ ਮੇਰਾ ਵੀ ਕੰਮ ਬਾਲਣ ਦਾ ਹੀ ਆ ਤੈਨੂੰ ਲੋੜ ਪਈ ਤਾਂ ਦੱਸ ਦੇ ਲਿਆ ਕੀ ਗੱਲ ਮੇਰਾ ਬਣੂ ਕਿਦਾ ਬਣੂ ਉਹਦਾ ਬਣੂ ਸਭ ਦਾ ਬਣੂਗਾ ਮਿਰਚੀ ਮੁਰਗਾ ਮਿਰਚੀ ਮੁਰਗਾ